संगरूर के दिड़बा के शुलर पिंड विच अज श्री गुरु ग्रंथ साहब की बेदबी होने तो बच गई है, पर गुरद्वारा साहब विच भनतोड़ का मामला ते ग्रंथी सिंह ते हमले का मामला सामने आया है। अज सवेरे 5:30 बजे के करीब जदों ग्रंथी सिंह ताबिया ते बैठ के पाठ कर रहे सन तां पिंड का ही एक व्यक्ति गुरद्वारे साहब विखे पहुंचा ते उसने ग्रंथी सिंह ते हमला किया ते गुरद्वारा साहब विच भनतोड़ भी की है। इस सब दे विचाले श्री गुरु ग्रंथ साहब जी की पालकी का एक पावा भी टुट गया है ते शीशे भी टुटे हैं। इस दे अलावा ग्रंथी सिंह दे हाथ ते भी सट लगी है। फिलहाल घटना तो बाद पुलिस ने मौके ते पहुंच के जांच आरंभ दी है। दोषी नूं भी गिरफ्तार कर लिया गया है। की है सारा मामला, आओ देखते हाँ। गुरसेवक सिंह, गुरसेवक जी केड़े पिंड दे गुरुद्वारे दे विच तुसीं ग्रंथी हो? पिंड सुलर जी, ग्रंथी साहब उच्च। हाँ जी हाँ। की घटना वापरी है जी? ये 5 बजे की घटना सवेरे अमृत वेले जी। हाँ जी, ਪੰਜਾਬ ਜੀ ਸਾਹਿਬ ਦਾ ਪਾਠ ਲੱਗ ਕਰ ਨਿਤਨੇਮ ਅਤੇ ਉੱਧਰੋਂ ਆ ਕੇ ਬੰਦਾ ਉਹ ਭੋਲਾ ਸਿੰਘ ਗੱਲੇ ਦੇ ਕੋਲ ਖੜ ਕੇ ਮਾਵਾਂ ਭੈਣਾਂ ਦੀ ਗਾਲਾਂ ਲੱਗ ਦੇਣ, ਕਹਿੰਦਾ ਬਾਹਰ ਆ ਤੂੰ। ਚਲੋ ਆਪਾਂ ਨੇ ਬਾਹਰ ਕੀ ਆਉਣਾ ਸੀ, ਮੰਦਰ ਬੈਠੇ ਹਾਂ ਪਾਠ ਕਰ ਰਿਹਾ ਸੀਗਾ, ਅੰਦਰੋਂ ਕੁੰਡੀ ਲਾ ਲਈ ਉਹ। ਅਤੇ ਜਦੋਂ ਮੈਂ ਕੁੰਡੀ ਲਾਈ ਤਾਂ ਉਹ ਲੋਹੇ ਦੀ ਗੰਧਾਲੀ ਸੀ, ਉਹ ਲੈ ਆਇਆ, ਕਹਿੰਦਾ ਬਾਹਰ ਖੋਲ੍ਹ। ਉਹ ਸ਼ੀਸ਼ੇ ਤੋੜਨ ਲੱਗੇ ਸਾਰੇ ਸ਼ੀਸ਼ੇ ਭੰਨਤੇ ਥੜਾ ਸਾਹਿਬ ਦੇ। ਅਤੇ ਫਿਰ ਉਦੋਂ ਬਾਅਦ 'ਚ ਜਦੋਂ ਮਾਰ ਲੱਗਿਆ ਉਹ ਮੈਂ ਤੀਰ ਨਾਲ ਰੋਕ ਲਿਆ ਕਰਾਂ, ਮਤਲਬ ਕਿ ਅੰਦਰ ਨਹੀਂ ਵੜਨ ਦਿੱਤਾ ਜੀ, ਉਹ ਬਾਹਰ ਖੜਿਆ ਸੀ, ਬਾਹਰਲੀ ਸਾਈਡ ਮੈਂ ਅੰਦਰ ਸੀ ਥੜਾ ਸਾਹਿਬ 'ਤੇ, ਉਹ ਤੀਰ ਟੁੱਟ ਗਿਆ। ਉਦੋਂ ਬਾਅਦ 'ਚ ਫਿਰ ਮੈਂ ਕਿਰਪਾਨ ਲਈ, ਉਹ ਮਾਰਿਆ ਕਰੇ, ਫਿਰ ਮੈਂ ਰੋਕ ਲਿਆ ਕਰਾਂ। ਫਿਰ ਇੰਨੇ ਸੰਗਤ ਆ ਗਈ, ਭਾਈ ਬਿੰਦਰ ਸਿੰਘ ਇਹ ਕਮੇਟੀ ਮੈਂਬਰ ਨੇ ਆਪਣੇ, ਅਤੇ ਇਹਨਾਂ ਨੇ ਆ ਕੇ ਸਾਰਾ ਕੁਛ ਪੱਟੀਆਂ ਵਗੈਰਾ ਕਰੀਆਂ, ਸਾਰੀ ਸੈਟਿੰਗ ਕਰੀ ਆ ਕੇ। ਹਾਂ ਮੇਰੇ ਆ ਵੇਖੋ, ਸਤਿਗੁਰਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸਾਰੇ ਸ਼ੀਸ਼ੇ ਜਿਹੜੇ ਖੁਦਾਂ ਮਾਰ ਮਾਰ ਕੇ ਉਹਨੇ ਭੰਨੇ ਸੀ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਥੜਾ ਸਾਹਿਬ ਦੇ ਸ਼ੀਸ਼ੇ ਲੱਗੇ ਨੇ, ਰਮਾਲਾ ਸਾਹਿਬ ਦੇ ਉੱਤੇ ਸਾਰੇ। ਗੁਰੂ ਗ੍ਰੰਥ ਸਾਹਿਬ ਦਾ ਕੋਈ ਨੁਕਸਾਨ ਹੋਣ ਤੋਂ ਬਚ ਗਿਆ ਜੀ? ਹਾਂਜੀ, ਸ਼ੀਸ਼ੇ ਵੱਜੇ, ਸ਼ੀਸ਼ੇ ਲੱਗੇ, ਵੈਸੇ ਵਿਆਹਦੀ ਹੋਈ ਹੈ ਗੁਰੂ ਪਾਤਸ਼ਾਹ ਦੀ, ਬਹੁਤ ਵੱਡੀ ਉਹ ਸ਼ੀਸ਼ੇ ਲੱਗੇ ਨੇ ਉਹਨਾਂ ਸਤਿਗੁਰਾਂ ਦੇ ਉੱਤੇ। ਹਾਂ, ਅਤੇ ਹੁਣ ਤੁਸੀਂ ਜਿਹੜਾ ਪੁਲਿਸ ਪ੍ਰਸ਼ਾਸਨ ਆਇਆ ਜੀ, ਕੀ ਕਹਿਣਾ ਚਾਹੁੰਦੇ ਹੈਗੇ? ਸਾਲ ਦੀ ਉਮਰ ਹੋਣੀ ਜੀ ਅੰਦਾਜ਼ਾ। ਗੁਰੂ ਘਰ ਜੀ ਮੈਂ ਸਵੇਰੇ ਦੇਖਿਆ, ਦਿਨੇ ਤਾਂ ਆ ਜਾਂਦਾ ਹੁੰਦਾ, ਕੋਈ ਸਵੇਰੇ ਮੱਥਾ ਟੇਕ ਨਹੀਂ ਦੇਖਿਆ ਕਦੇ ਆਉਂਦਾ ਜੀ। ਹਾਂਜੀ, ਜ਼ਿਮੀਂਦਾਰ ਭਰਾ ਜੀ, ਭਾਊਆਂ ਚੋਂ ਆ ਜੀ, ਜ਼ਿਮੀਂਦਾਰ ਭਰਾ ਜੀ। ਕਿਸ ਤਰ੍ਹਾਂ ਦੀ ਹੁਣ ਪਿੰਡ 'ਚ ਕਿਹੋ ਜਿਹਾ ਮਾਹੌਲ ਹੈ ਜਿਵੇਂ ਗੁਰੂ ਘਰ ਮਾਹੌਲ 'ਚ? ਤਾਂ ਜੀ ਗੁਰੂ ਗ੍ਰੰਥ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਖੜੇ ਮਹਾਰਾਜ ਦੇ, ਜਾਂ ਕਿ ਬਾਬਾ ਜੀ ਦੇ ਨਾਲ ਖੜਾ ਸਾਰਾ ਨਗਰ, ਵੀ ਜਿਵੇਂ ਇਹਨੂੰ ਮਤਲਬ ਇਨਸਾਫ ਮਿਲਣਾ ਜ਼ਰੂਰੀ ਹੈਗਾ। ਅਸੀਂ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰੀ ਆ, ਕੈਮਰੇ ਲੱਗੇ ਹੋਣੇ ਜੀ, ਬਾਕੀ ਉਹ ਸਤਿਕਾਰ ਕਮੇਟੀ ਆ ਗਈ ਫਤਿਹਗੜ੍ਹ ਸਾਹਿਬ ਤੋਂ, ਕੈਮਰੇ 'ਚ ਆ ਗਈ ਸਾਰੀ, ਕੈਮਰੇ 'ਚ ਆ ਗਈ ਸਾਰੀ, ਉਹ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਕੱਢ ਕੇ ਲੈ ਗਿਆ ਜੀ, ਵੀਡੀਓ ਜਿਹੜੀ ਬਣਾ ਰਹੇ ਸੀਗੇ। ਹਾਂਜੀ ਸਾਹਿਬ ਦਾ ਫੋਨ ਆਇਆ ਸੀ ਕਿ ਇਸ ਤਰ੍ਹਾਂ ਦਾ ਸਾਡੇ ਪਿੰਡ ਦੇ ਵਿੱਚ ਬੇਅਦਬੀ ਹੋ ਗਈ, ਜਿਸਦੇ ਸੰਬੰਧ 'ਚ ਮੈਂ ਮੌਕੇ 'ਤੇ ਪੁਲਿਸ ਪਹੁੰਚ ਗਈ ਸੀ, ਅਸੀਂ ਪਹੁੰਚ ਗਏ ਸੀ, ਅਤੇ ਮੈਂ ਮੌਕੇ 'ਤੇ ਜਿਹੜਾ ਮਹਾਰਾਜ ਦੇ ਸਰੂਪ ਦੇ ਵਾਲੇ ਕੈਬਿਨ ਬਣਿਆ ਹੁੰਦਾ ਸ਼ੀਸ਼ੇ ਵਾਲਾ, ਉਹਨੂੰ ਭੰਨਿਆ ਗਿਆ, ਅਤੇ ਜਿਹੜਾ ਪਾਠੀ ਸਿੰਘ ਸੀ ਜੋ ਪਾਠ ਕਰ ਰਿਹਾ ਸੀ ਮੌਕੇ 'ਤੇ, ਉਹਨੀਆਂ ਸੱਟਾਂ ਮਾਰੀਆਂ ਉਹਦੇ, ਅਤੇ ਉਹਨੂੰ ਰਾਊਂਡ ਅਪ ਕਰ ਰਿਹਾ ਸੀ, ਅਤੇ ਉਹਦੇ ਖਿਲਾਫ਼ ਕਿਉਂਕਿ ਉਹਨੂੰ ਪਾਠੀ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਇਸ ਲਈ ਉਹਦੇ ਖਿਲਾਫ਼ 307 ਅਧੀਨ ਪਰਚਾ ਦੇਵਾਂਗੇ, ਜਿਹੜੀ ਬੇਅਦਬੀ ਹੋਈ ਹੈ ਉਹਦੇ ਅਧੀਨ ਅਸੀਂ 295 ਦਾ ਪਰਚਾ ਦੇਵਾਂਗੇ। ਇਹ ਪਿੰਡ ਦਾ ਹੀ ਹੈ ਬੰਦਾ ਜਿਹੜੀ? ਹਾਂ, ਇਹ ਪਿੰਡ ਦਾ ਹੀ ਹੈ, ਮਨਜੀਤ ਨਾਂ ਦਾ ਵਿਅਕਤੀ ਹੈ ਪਿੰਡ ਦਾ। ਬੈਕਗ੍ਰਾਊਂਡ ਕਿਸ ਤਰ੍ਹਾਂ ਦੀ, ਜਿਹਦੀ ਕੋਈ ਮਾਨਸਿਕ ਤੌਰ 'ਤੇ ਪਰੇਸ਼ਾਨ ਸੀ ਜਾਂ ਵੈਸੇ ਹੀ ਜਾਂ? ਇਹ ਅੱਜ ਜਾਂਚ ਦਾ ਵਿਸ਼ੇ, ਅਜੇ ਅਸੀਂ ਸਮਾਂ ਵੀ ਕਰਾਂਗੇ ਸਾਰਾ ਕੁਛ, ਅਤੇ ਉਸ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਦੱਸਿਆ ਜਾਵੇ। ਸੰਗਰੂਰ ਤੋਂ ਮਨੋਜ ਮਹਿਤਾ ਦੀ ਰਿਪੋਰਟ, ਪੰਜਾਬ ਟੂਡੇ।